ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪੰਜਾਬੀਆਂ ਲਈ ਦੋ ਵੱਡੇ ਐਲਾਨ ਕੀਤੇ ਗਏ ਹਨ। ਪਹਿਲਾ ਐਲਾਨ ਕਰਦਿਆਂ ਵਾਅਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਮੌਕੇ ਪੰਜਾਬ 'ਚ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿੱਚ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਹ ਮੁਹੱਲਾ ਕਲੀਨਿਕ ਹਲਕਾ ਉੱਤਰੀ ਵਿੱਚ ਵਿਧਾਇਕ ਮਦਨ ਲਾਲ ਬੱਗਾ ਦੇ ਖੇਤਰ ਵਿੱਚ ਹੈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਮਾਨ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਸੀਐਮ ਮਾਨ ਨੇ ਮੁਹੱਲਾ ਕਲੀਨਿਕ ਵਿੱਚ ਖੁਦ ਵੀ ਬੀਪੀ ਚੈੱਕ ਕਰਵਾਇਆ ਤੇ ਦੂਜਾ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਜ਼ੁਰਗਾਂ ਨੂੰ ਹੁਣ ਬੈਂਕਾਂ ਵਿੱਚ ਪੈਨਸ਼ਨ ਲੈਣ ਜਾਣ ਦੀ ਲੋੜ ਨਹੀਂ ਪਵੇਗੀ, ਉਹਨਾਂ ਨੂੰ ਘਰ ਬੈਠਿਆਂ ਹੀ ਪੈਨਸ਼ਨ ਮਿਲਿਆ ਕਰੇਗੀ। ਤੇ ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਈ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਵਿੱਚ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਤੇ ਸੀਐਮ ਅਰਵਿੰਦ ਕੇਜਰੀਵਾਲ ਨੇ ਵਧਾਈ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈਆਂ, ਸਿਹਤ ਦੇ ਖੇਤਰ ਵਿੱਚ ਦਿੱਲੀ ਦੇ ਬਾਅਦ ਹੁਣ ਪੰਜਾਬ ਵਿੱਚ ਵੀ ਕ੍ਰਾਂਤੀ ਸ਼ੁਰੂ ਹੋ ਗਈ ਹੈ। ਇਹ ਇੱਕ ਸ਼ੁਰੂਆਤ ਹੈ, ਪੰਜਾਬ ਦੇ ਹਰ ਕੋਨੇ ਵਿੱਚ ਮੁਹੱਲਾ ਕਲੀਨਿਕ ਖੁੱਲਣਗੇ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ 60 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁਖੀਆਂ ਨੂੰ ਸਿਖਲਾਈ ਲਈ ਕੈਨੇਡਾ, ਯੂਕੇ ਅਤੇ ਸਿੰਗਾਪੁਰ ਆਦਿ ਦੇਸ਼ਾਂ ਵਿੱਚ ਭੇਜਿਆ ਜਾਵੇਗਾ। ਬੈਂਸ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸੂਬੇ ਵਿੱਚ 20,000 ਸਰਕਾਰੀ ਸਕੂਲ ਹਨ ਅਤੇ ਇਹਨਾਂ ਵਿੱਚੋਂ 400 ਸਕੂਲਾਂ ਵਿੱਚ ਕੋਈ ਅਧਿਆਪਕ ਨਹੀਂ ਹੈ, ਜਦਕਿ 1600 ਸਕੂਲਾਂ ਵਿੱਚ ਸਿਰਫ ਇੱਕ ਇੱਕ ਅਧਿਆਪਕ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਸਕੂਲਾਂ ਵਿੱਚ ਕਲਾਸ ਰੂਮ, ਲੈਬ ਸਟਾਫ, ਖੇਡ ਮੈਦਾਨ, ਪੇਖਾਨੇ, ਡੈਸਕ ਆਦਿ ਜਾਣਕਾਰੀ ਲਈ ਸਰਵੇਖਣ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਨਤਮਸਤਕ ਹੋਣਗੇ। ਮਜੀਠੀਆ ਅੱਜ ਯਾਨੀ 16 ਅਗਸਤ ਨੂੰ ਚੰਡੀਗੜ੍ਹ ਤੋਂ ਸਵੇਰੇ 9:30 ਵਜੇ ਕਾਫਲੇ ਸਮੇਤ ਚੱਲ ਕੇ 11 ਵਜੇ ਖਟਕੜ ਕਲਾਂ ਵਿਖੇ ਪਹੁੰਚਣਗੇ। ਉਸ ਤੋਂ ਬਾਅਦ ਉਹ ਕਰੀਬ ਸ਼ਾਮ 3 ਵਜੇ ਤੋਂ ਬਾਦ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣਗੇ। ਮਾਫੀਆ ਦੀ ਗੱਲ ਕੀਤੀ ਗਈ ਸੀ, ਉਹਦੇ ਲਈ ਕੀ ਕੰਮ ਕਰ ਰਹੇ ਹੋ? ਨਵੀਆਂ ਬੱਸਾਂ ਜਿਹੜੀਆਂ ਹੈਗੀਆਂ ਨੇ ਕੀ ਉਹ ਆਉਣਗੀਆਂ? ਬਿਲਕੁਲ, ਨਵੀਆਂ ਬੱਸਾਂ ਵੀ ਆਉਣਗੀਆਂ ਤੇ ਜਿਹੜਾ ਟਰਾਂਸਪੋਰਟ ਮਾਫੀਆ ਜਿਹੜਾ ਲੰਮੇ ਸਮੇਂ ਤੋਂ ਰਾਜ ਕਰਦਾ ਰਿਹਾ ਉਹਦੇ ਤੇ ਨਕੇਲ ਕੱਸੀ ਗਈ ਆ। ਜਿਹੜਾ ਸਾਡਾ ਵਿਭਾਗ ਆ ਟਰਾਂਸਪੋਰਟ ਵਿਭਾਗ, ਸਾਰੀ ਆਮਦਨ ਡਬਲ ਹੋ ਗਈ ਆ, ਅੱਗੇ ਨਾਲੋਂ ਸਾਡੀ ਆਮਦਨ ਡਬਲ ਹੋ ਗਈ ਆ। ਭਾਵੇਂ ਉਹ ਰਜਿਸਟ੍ਰੇਸ਼ਨ ਦੀ ਗੱਲ ਕਰ ਲਈਏ, ਸਾਡੀ ਟਰਾਂਸਪੋਰਟ ਵਿਭਾਗ ਦੇ ਵਿੱਚੋਂ ਟਿਕਟਾਂ ਦੇ ਜ਼ਰੀਏ ਸਾਡੀ ਆਮਦਨ ਡਬਲ ਕਰ ਲਈਏ, ਕਿਸੇ ਵੀ ਤਰੀਕੇ ਉਹ ਤਾਂ ਹੀ ਡਬਲ ਹੋਈ ਆ ਜੇ ਜਿਹੜਾ ਟਰਾਂਸਪੋਰਟ ਮਾਫੀਆ ਉਹਨੂੰ ਨੱਥ ਪਈ ਆ। ਅਤੇ ਜਿਹੜਾ ਇੱਕੋ ਪਰਿਵਾਰ ਲੰਮੇ ਸਮੇਂ ਤੋਂ ਦਿੱਲੀ ਏਅਰਪੋਰਟ ਨੂੰ ਜਿਨ੍ਹਾਂ ਦੀਆਂ ਬੱਸਾਂ ਚੱਲਦੀਆਂ ਸਨ, ਅੱਜ ਸਾਡਾ ਪੰਜਾਬ ਜਿਹੜੀ ਰੋਡਵੇਜ PRTC ਪਨ ਬੱਸ ਦੀਆਂ ਬੱਸਾਂ ਜਾ ਰਹੀਆਂ ਅਤੇ ਪੰਜਾਬ ਦੇ ਲੋਕ ਮਾਣ ਨਾਲ ਇੱਕ ਥਾਪੜ ਕੇ ਕਹਿੰਦੇ ਵੀ ਇਹ ਸਾਡੀਆਂ ਬੱਸਾਂ, ਪੰਜਾਬ ਦੇ ਲੋਕਾਂ ਦੀਆਂ ਬੱਸਾਂ, ਜਿਹੜੀ ਪੰਜਾਬ ਸਰਕਾਰ ਦੀ ਬੱਸ ਉਹ ਪੰਜਾਬ ਦੇ ਲੋਕਾਂ ਦੀ ਬੱਸ ਆ ਅਤੇ ਕਿਰਾਇਆ ਤੀਜੇ ਹਿੱਸੇ 'ਚ ਕਰਾਇਆ, ਉਹ ਬੱਸ ਉਹ ਸਹੂਲਤਾਂ ਵੀ ਅੱਗੇ ਨਾਲੋਂ ਵੱਧ ਅਤੇ ਕਿਰਾਇਆ ਲੱਗਣਾ ਤੀਜੇ ਹਿੱਸੇ 'ਚ। ਅਤੇ ਮੈਂ ਖੁਦ ਦਿੱਲੀ ਏਅਰਪੋਰਟ 'ਤੇ ਗਿਆ ਅੱਜ ਤੋਂ ਕੁਝ ਦਿਨ ਪਹਿਲਾਂ, ਜਦੋਂ ਮੈਂ ਉੱਥੇ ਗਿਆ ਤੇ ਜਿਹੜੀ ਉਹ ਪ੍ਰਾਈਵੇਟ ਕੰਪਨੀ ਬਾਦਲ ਪਰਿਵਾਰ ਦੀ ਕੰਪਨੀ ਚੱਲਦੀ ਸੀ ਇੰਡੋ ਕੈਨੇਡੀਅਨ, ਉਹਦੇ 40 ਟਾਈਮ ਪੰਜਾਬ ਤੋਂ ਦਿੱਲੀ ਏਅਰਪੋਰਟ ਤੇ ਦਿੱਲੀ ਏਅਰਪੋਰਟ ਤੋਂ ਫਿਰ ਪੰਜਾਬ ਨੂੰ 40 ਟਾਈਮ, ਭਾਵ 80 ਟਾਈਮ ਰੋਜ਼ ਦੇ ਚੱਲਦੇ ਸਨ। ਅਤੇ ਮੈਂ ਸਾਰੀ ਘੋਖ ਕਰਕੇ ਪੁੱਛ ਦੱਸ ਕਰਕੇ ਆਇਆ, ਜਿਹੜੇ ਟਾਈਮ 80 ਸਨ ਉਹ 80ਆਂ ਤੋਂ 20 ਟਾਈਮ ਰਹਿ ਗਏ ਆ, 10 ਦਿੱਲੀ ਏਅਰਪੋਰਟ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਏਅਰਪੋਰਟ ਦੇ 10 ਟਾਈਮ ਰਹਿ ਗਏ ਆ। ਅਤੇ ਜਿਹੜਾ ਕਦੇ ਦਮਕਜੇ ਮਾਰਦੇ ਹੁੰਦੇ ਸੀ ਕਿ ਅਸੀਂ ਸੇਵਾ ਦਿੰਦੇ ਹਾਂ, ਸੇਵਾ ਨਹੀਂ ਉਹ ਲੁੱਟ ਕਰਦੇ ਸੀ, ਜਿਹੜਾ ਕਿਰਾਇਆ 3,000 ਤੋਂ ਲੈ ਕੇ 5,000 ਦੇ ਵਿੱਚ ਪ੍ਰਤੀ ਸਵਾਰੀ ਤੋਂ ਬਾਦਲ ਪਰਿਵਾਰ ਵਸੂਲਦਾ ਰਿਹਾ। ਅੱਜ ਉਹਨਾਂ ਨੇ ਉਹ ਕਿਰਾਇਆ 1900 ਰੁਪਇਆ ਕਰਤਾ, ਪਰ ਸਵਾਰੀ ਫਿਰ ਵੀ ਚੜ੍ਹਨ ਨੂੰ ਤਿਆਰ ਨਹੀਂ ਗਈ। ਕਿਉਂ ਨਹੀਂ ਤਿਆਰ? ਕਿਉਂਕਿ ਉਹ ਬਾਦਲ ਪਰਿਵਾਰ ਬਦਨਾਮ ਹੋ ਚੁੱਕਾ। ਜਦੋਂ ਕਿਸੇ ਦੇਸ਼ ਦਾ ਜਾਂ ਸੂਬੇ ਦਾ ਰਾਜਾ ਵਪਾਰੀ ਬਣ ਜੇ ਤੇ ਲੋਕ ਫਿਰ ਉਹ ਤੋਂ ਦੂਰ ਹੋ ਜਾਂਦੇ ਆ। ਵਪਾਰ ਲੋਕਾਂ ਨੂੰ ਕਰਨ ਦੇਣਾ ਚਾਹੀਦਾ ਸੀ, ਆਪ ਨਹੀਂ ਵਪਾਰੀ ਬਣਨਾ ਚਾਹੀਦਾ, ਹਰੇਕ ਕਾਰੋਬਾਰ ਤੇ ਕਬਜ਼ਾ ਕਰ ਲਿਆ। ਦੇਖੋ ਜਿੱਥੇ ਸਰਕਾਰ ਨੇ ਵੇਖਣਾ ਵੀ ਕਿੱਥੋਂ ਆਮਦਨ ਦਾ ਜ਼ਰੀਆ ਬਣਦਾ, ਕਿੱਥੋਂ ਆਮਦਨ ਵੱਧਦੀ ਹੈ ਤੇ ਲੋਕਾਂ ਨੂੰ ਵੀ ਰੁਜ਼ਗਾਰ ਕਿੱਥੋਂ ਮਿਲਦਾ। ਜੇ ਸਾਨੂੰ ਦਿਸਦਾ ਹੋਵੇਗਾ ਕਿ ਸਾਨੂੰ ਜਿਹੜਾ ਲੋਕਾਂ ਨੂੰ ਰੁਜ਼ਗਾਰ ਦੇਣ 'ਚ ਫਾਇਦਾ, ਉੱਥੇ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ। ਜੇ ਸਾਨੂੰ ਪਤਾ ਲੱਗਦਾ ਹੋਵੇਗਾ ਸਰਕਾਰ ਨੂੰ, ਮਾਨ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਿ ਕਿਲੋਮੀਟਰ ਸਕੀਮ ਤਹਿਤ ਇੱਥੇ ਪਾ ਕੇ ਸਰਕਾਰ ਨੂੰ ਵੀ ਆਮਦਨ ਆਵੇਗੀ ਅਤੇ ਲੋਕਾਂ ਨੂੰ ਵੀ ਆਵੇਗੀ, ਉਹ ਕੰਮ ਅਸੀਂ, ਇਹ ਜਿਹੜੀ ਸਰਕਾਰ ਵੇਖੋ, ਪਹਿਲੀ ਸਰਕਾਰ ਅਤੇ ਪਹਿਲਾ ਬਜਟ ਜਿਹੜਾ ਲੋਕਾਂ ਦੀ ਮਰਜ਼ੀ ਨਾਲ ਬਣਿਆ। ਕਦੀ ਅੱਗੇ ਇੱਦਾਂ ਹੋਇਆ ਵੀ ਕਿਸੇ ਦੀ ਮਰਜ਼ੀ ਨਾਲ ਬਜਟ ਬਣਿਆ ਹੋਵੇ? ਲੋਕਾਂ ਦੀ ਸਲਾਹ ਲਈ ਗਈ, ਅਰਥਸ਼ਾਸਤਰੀਆਂ ਦੀ ਸਲਾਹ ਲਈ ਗਈ, ਲੋਕਾਂ ਦੀ ਸਲਾਹ ਲੈ ਕੇ ਬਜਟ ਬਣਾਇਆ ਗਿਆ, ਲੋਕ ਖੁਸ਼ ਵੀ ਨੇ।
जिथे भी जरूरत होगी जे नवे अफसर लाने की जरूरत होगी मान साहब संसीयर ने इस मसले से हरेक महकमे वैकेंसियां जल्दी भर लिया जाएगियां जे आटके वधाउण की लोड़ पई आटके वधाए जाणगे सुखबाल खहरे का पिता खालिस्तान मंगदा ही है पहला आपके पिता बारे दसे भी खालिस्तान की मांग करता है पिता यह आपके पिता के नाल कि पहला सुखबाल खहरा जो आजादी के 75वीं वरेगंढ उत्ते सारे देशवासियों नूं पंजाब वासियों नूं बहुत बहुत मुबारक। अज असी जिहड़ी दिन की शुरुआत है पवित्र धरती भगत सिंह जी की धरती से उन्हां दे चरण छो के शहीदों की धरती की मिट्टी छो के जिहड़ा दिन की शुरुआत की है जिन्होंने ये आज़ादी दे लई जवानी च जिहड़ियां अपनियां जिंदगियां वारियां जिन्होंने शहादत दित्ती सो सारियां नूं जिहड़ा बहुत बहुत पंजाब वासियों नूं आज़ादी दियां मुबारक। वाहेगुरू परमात्मा साढ़े पंजाब उत्ते पंजाबियों उत्ते पंजाब च वसदे हर नागरिक उत्ते मेहर भरे हाथ रखे। आने वाले समय जिहड़े होर भी सारे पंजाब च जिहड़े हॉस्पिटल है जिहड़े वह खोले जाणगे महला क्लीनिक जिहड़े है वह खोले जाणगे जिहदे नाल पंजाब आने वाले समय च मैं समझदा कि सेहत सहूलतां पक्षों जिवें असी सरकार आने तो पहला कहा सी कि पंजाब नूं नंबर एक सूबा बनावांगे तो बड़ी जल्दी ਪੰਜਾਬ ਸਿਹਤ ਸਹੂਲਤਾਂ ਪੱਖੋਂ ਨੰਬਰ ਇੱਕ ਸੂਬਾ ਜਿਹੜਾ ਉਹ ਬਣੂਗਾ ਤੇ ਬਰਬਾਦ ਤਾਂ ਪਹਿਲਾਂ ਉਹਨਾਂ ਨੇ ਕਰ ਹੀ ਦਿੱਤੇ ਕਿਹੜੀ ਸੀ ਸਪੈਸ਼ਲਿਸਟ ਜਿਹੜੇ ਡਾਕਟਰ ਸੀ ਉਹਨਾਂ ਦੀ ਪੋਸਟਾਂ ਜਿਹੜੀਆਂ ਖਾਲੀ ਪਈਆਂ ਰਹਿੰਦੀਆਂ ਸੀ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਆਉਣ ਸਾਰ ਸਾਡੀ ਕੋਈ ਸਰਕਾਰ ਇਹ ਨਹੀਂ ਵੀ ਲਾਸਟ ਈਅਰ ਅਸੀਂ ਤਾਂ ਕਰਕੇ ਬਣਾ ਰਹੇ ਹਾਂ ਹਜੇ ਤਾਂ 4 ਮਹੀਨੇ ਹੋਏ ਆ ਤੇ 4 ਮਹੀਨਿਆਂ 'ਚ ਆਉਂਦੇ ਅਸੀਂ ਮੁਹੱਲਾ ਕਲੀਨਿਕ ਵਾਲਾ ਉੱਥੇ ਜਾ ਕੇ ਦੇਖੋ ਮਸਤੂਆਣਾ ਸਾਹਿਬ ਤੁਸੀਂ ਸਾਰੇ ਮੀਡੀਆ ਵਾਲਿਓ ਪਤਾ ਹੀ ਹੈ ਕਿ ਨੀਂਹ ਪੱਥਰ ਪਹਿਲੇ ਜਿਹੜੇ ਮੈਡੀਕਲ ਕਾਲਜ ਦਾ ਰੱਖ ਵੀ ਦਿੱਤਾ ਤੇ ਇਹਨਾਂ ਨੇ 5 ਸਾਲ 'ਚ ਇੱਕ ਵੀ ਮੈਡੀਕਲ ਕਾਲਜ ਬਣਾਇਆ 3 ਹੀ ਸਾਡੇ 1966 ਤੋਂ ਬਾਅਦ ਚੱਲੇ ਆਉਂਦੇ ਆ ਹਰਿਆਣੇ ਸਾਡੇ ਨਾਲ ਅਲੱਗ ਹੋ ਕੇ ਉਹਨਾਂ ਨੇ 5 ਬਣਾ ਲਏ ਰਾਜਸਥਾਨ ਵਰਗੇ ਸੂਬੇ 10-10 ਮੈਡੀਕਲ ਕਾਲਜ ਨੇ ਜੇ ਦੂਸਰੇ ਸੂਬੇ ਤਰੱਕੀ ਕਰ ਸਕਦੇ ਅਸੀਂ ਸਾਡੀ ਫੀਸਾਂ ਵੀ ਜ਼ਿਆਦਾ ਅਤੇ ਮੈਡੀਕਲ ਕਾਲਜ ਵੀ ਨਹੀਂ ਬਣੇ ਅਸੀਂ 16 ਕਹੇ ਆ ਅਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਕਿਹਾ ਵੀ ਇਹ 5 ਸਾਲ ਇਹ ਨਹੀਂ ਹੋਊਗਾ ਵੀ ਇਹਦਾ ਕਦੇ ਐਤਕੀ ਇੱਧਰਲੀ ਕੰਧ ਜੀ ਬਣਾ ਦਈ ਇੱਧਰਲਾ ਬਲੋਕ ਜਿਹਾ ਬਣਾ ਤਾ ਅਗਲੇ ਸਾਲ ਕੁਛ ਹੋਰ ਬਣਾ ਲਿਆ ਅਗਲੇ ਸਾਲ ਮਾਰਚ ਤੋਂ ਪਹਿਲਾਂ ਜਿਹੜਾ ਮਸਤੂਆਣਾ ਸਾਹਿਬ ਵਾਲਾ ਮੈਡੀਕਲ ਕਾਲਜ ਹੈ ਉਹਦੇ 'ਚ ਐਡਮਿਸ਼ਨਾਂ ਹੋ ਜਾਣਗੀਆਂ ਉਹ ਚਾਲੂ ਹੈ ਜਿਹੜਾ ਹੋ ਜੂਗਾ ਕਿਉਂਕਿ ਇਹ ਲੋਕਾਂ ਦੀ ਸਰਕਾਰ ਹੈ ਅਸੀਂ ਕੇਵਲ ਵੋਟ ਬੈਂਕ ਵਾਲੀ ਰਾਜਨੀਤੀ ਨਹੀਂ ਕਰਦੇ ਵੀ ਸਾਰੇ ਫੈਸਲੇ ਜਾ ਕੇ ਇਲੈਕਸ਼ਨ ਈਅਰ 'ਚ ਲਈਏ 5 ਸਾਲ ਪਹਿਲਾਂ ਲੁੱਟੀ ਚੱਲੀਏ ਫਿਰ ਵੋਟਾਂ ਨੇੜੇ ਜਾ ਕੇ ਨੌਕਰੀਆਂ ਵੀ ਕੱਢ ਦਈਏ ਉਦੋਂ ਜਾ ਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲਾ ਬਿੱਲ ਵੀ ਲਿਆਈਏ ਹੈਂ ਉਦੋਂ ਜਾ ਕੇ ਹਸਪਤਾਲਾਂ ਦੇ ਐਲਾਨ ਵੀ ਕਰ ਦਈਏ ਸੋ ਸਾਡੀ ਸਰਕਾਰ ਹੈ ਜਿਹੜੀ ਅਸੀਂ ਵਾਕਈ ਜਿਹੜਾ ਕੰਮ ਹੈ ਜਿਹੜਾ ਉਹ ਅਸਲ ਰੂਪ ਦੇ ਵਿੱਚ ਕਰਨਾ ਚਾਹੁੰਦੇ ਹਾਂ ਇਸੇ ਕਰਕੇ ਸਾਡੇ ਸੀਐਮ ਸਾਹਿਬ ਨੇ 5 ਸਾਲ ਦੀ ਵੇਟ ਨਹੀਂ ਕੀਤੀ ਆਉਣ ਸਾਰ ਕਿਹਾ ਕਿ ਅਸੀਂ 25,000 ਅਸਾਮੀਆਂ ਕੱਢਾਂਗੇ ਆਉਣ ਸਾਰ ਕਿਹਾ ਕਿ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਆਉਣ ਸਾਰ ਉਹਨਾਂ ਨੇ ਮੁਹੱਲਾ ਕਲੀਨਿਕ ਬਣਾਉਣੇ ਸ਼ੁਰੂ ਕਰਤੇ ਮੈਡੀਕਲ ਕਾਲਜ ਬਣਾਉਣੇ ਸ਼ੁਰੂ ਕਰਤੇ ਆਉਣ ਸਾਰ ਕਰਪਸ਼ਨ ਨੂੰ ਜਿਹੜਾ ਜੜੋਂ ਖਤਮ ਕਰਨਾ ਸ਼ੁਰੂ ਕਰਤਾ ਆਉਣ ਸਾਰ ਡਰੱਗਸ 'ਤੇ ਕੰਮ ਜਿਹੜਾ ਕਰਨਾ ਸ਼ੁਰੂ ਕਰਤਾ ਸੋ ਅਸੀਂ ਲੱਗੇ ਹੋਏ ਹਾਂ ਲਗਾਤਾਰ ਲੱਗੇ ਹੋਏ ਹਾਂ ਦਿਨ ਰਾਤ ਸਾਡੇ ਸੀਐਮ ਸਾਹਿਬ ਸਾਰੀ ਜਿਹੜੀ ਸਰਕਾਰ ਹੈ ਮਿਹਨਤ ਕਰ ਰਹੀ ਹੈ ਤਾਂ ਕਿ ਪੰਜਾਬ ਨੂੰ ਹੱਸਦਾ ਵੱਸਦਾ ਰੰਗਲਾ ਪੰਜਾਬ ਹੈ ਜਿਹੜਾ ਦੁਬਾਰਾ ਉਹ ਬਣਾ। ਅੱਜ ਦੇ ਇਸ ਮੁਬਾਰਕ ਮੌਕੇ 'ਤੇ ਮੈਂ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਭਰੋਸਾ ਦਿਵਾਉਣਾ ਕਿ ਆਪਾਂ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਨਾਲ ਨਾਲ ਅਮਨ ਅਤੇ ਭਾਈਚਾਰਕ ਸਾਂਝ ਵੀ ਕਾਇਮ ਰੱਖਣੀ ਹੈ। ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਮਹਾਨ ਦੇਸ਼ ਭਗਤਾਂ ਨੇ ਗਰੀਬੀ ਅਨਪੜ੍ਹਤਾ ਬੇਰੁਜ਼ਗਾਰੀ ਮਹਿੰਗਾਈ ਸਮਾਜਿਕ ਨਾ ਬਰਾਬਰੀ ਇਹਨਾਂ ਸਾਰੀਆਂ ਅਲਾਮਤਾਂ ਨੂੰ ਦੇਸ਼ ਤੋਂ ਮੁਕਤ ਕਰਨ ਦਾ ਸੁਪਨਾ ਲਿਆ ਸੀ ਪਰ ਕਿਤੇ ਨਾ ਕਿਤੇ ਅੱਜ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ 75 ਸਾਲਾਂ ਬਾਅਦ ਵੀ ਅਸੀਂ ਇਹਨਾਂ ਅਲਾਮਤਾਂ ਨਾਲ ਹਜੇ ਜੂਝ ਰਹੇ ਹਾਂ ਅਤੇ ਆਪਾਂ ਨੂੰ ਇਕੱਠੇ ਹੋ ਕੇ ਇਹਨਾਂ ਅਲਾਮਤਾਂ ਨੂੰ ਦੂਰ ਕਰਨਾ ਪਊਗਾ ਤਾਂ
ਸਾਡੇ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਆਜ਼ਾਦੀ ਹੈ ਉਹਦੀ ਨਿੱਘ ਆਪਾਂ ਮਾਣ ਸਕਦੇ ਹਾਂ। ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਆਜ਼ਾਦੀ ਦੀ 75ਵੀਂ ਵਰੇਗੰਢ 'ਤੇ ਅਸੀਂ ਪੰਜਾਬ ਦੇ ਵਿੱਚ 75 ਮਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ। ਬਣਨਗੇ ਤਾਂ ਹਜ਼ਾਰਾਂ ਦੀ ਗਿਣਤੀ 'ਚ, ਪਰ ਕਿਉਂਕਿ 75ਵੀਂ ਵਰੇਗੰਢ ਹੈ ਤਾਂ 75 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਨੇ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਊਗੀ, ਲਗਾਤਾਰ ਕੰਮ ਹੋ ਰਿਹਾ। ਵਿਸ਼ਵ ਪੱਧਰ ਦੀ ਸਿੱਖਿਆ ਜਿਹੜੀ ਹੈ ਉਹ ਸਾਡੇ ਪੰਜਾਬ ਦੇ ਵਿੱਚ ਮਿਲੇ, ਡਿਗਰੀਆਂ ਮੁਤਾਬਕ ਇੱਥੇ ਹੀ ਸਾਨੂੰ ਨੌਕਰੀਆਂ ਮਿਲਣ, ਤਾਂ ਸਾਨੂੰ ਆਪਣਾ ਕੁਰਬਾਨੀਆਂ ਨਾਲ ਮਿਲਿਆ ਹੋਇਆ ਦੇਸ਼ ਜਿਹੜਾ ਉਹ ਛੱਡ ਕੇ ਜਾਣਾ ਨਾ ਪਵੇ। ਆਖਿਰ ਦੇ ਵਿੱਚ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਸ਼ਹੀਦਾਂ ਦੇ ਦੱਸੇ ਹੋਏ ਰਾਹ 'ਤੇ ਚੱਲਦੇ ਹੋਏ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੱਧ ਚੜ੍ਹ ਕੇ ਯੋਗਦਾਨ ਪਾਈਏ, ਤਾਂ ਕਿ ਅਸੀਂ ਆਪਣੇ ਸੂਬੇ ਨੂੰ ਪੁਰਾਤਨ ਸ਼ਾਨ ਵੀ ਉਹਨਾਂ ਦੀ ਬਹਾਲ ਕਰੀਏ ਅਤੇ ਮਾਣ ਨਾਲ ਦੁਬਾਰਾ ਸਾਡੇ ਪੰਜਾਬ ਨੂੰ ਹੱਸਦਾ ਖੇਡਦਾ, ਗਿੱਧੇ ਭੰਗੜੇ ਕੁਸ਼ਤੀਆਂ ਕਬੱਡੀਆਂ ਖੇਡਦਾ ਪੰਜਾਬ ਬਣਾਈਏ, ਸੱਚੀ ਮੁੱਚੀ ਰੰਗਲਾ ਪੰਜਾਬ ਬਣਾਈਏ। ਇਨਕਲਾਬ ਜ਼ਿੰਦਾਬਾਦ। ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਦੋਂ ਤੋਂ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਅਤੇ ਉਹਨਾਂ ਨੇ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ 26,400 ਨੌਕਰੀਆਂ ਦਾ ਐਲਾਨ ਕੀਤਾ ਸੀ ਅਤੇ ਹੁਣ ਕੱਲ੍ਹ 15 ਅਗਸਤ ਵਾਲੇ ਦਿਨ 75 ਮਹੱਲਾ ਕਲੀਨਿਕ ਖੁੱਲ੍ਹਣ ਜਾ ਰਹੇ ਨੇ ਜਿਨ੍ਹਾਂ ਵਿੱਚ ਸਭ ਦਾ ਇਲਾਜ ਮੁਫਤ ਹੋਵੇਗਾ, ਬਿਨਾਂ ਕਿਸੇ ਭੇਦਭਾਵ ਦੇ ਸਭ ਨੂੰ ਦਵਾਈ ਮੁਫਤ ਮਿਲੇਗੀ, ਸਾਰੇ ਤਰ੍ਹਾਂ ਦੇ ਟੈਸਟ ਫ੍ਰੀ ਹੋਣਗੇ ਅਤੇ 5 ਡਾਕਟਰਾਂ ਦੀ ਟੀਮ ਹੋਵੇਗੀ ਜਿਹਦੇ ਵਿੱਚ 1 MBBS ਡਾਕਟਰ ਹੋਵੇਗਾ ਅਤੇ ਬਾਕੀ ਸਹਾਇਕ ਸਟਾਫ ਹੋਵੇਗਾ। ਅਤੇ ਮੇਰੀ ਸਭ ਨੂੰ ਇਹੀ ਗੁਜ਼ਾਰਿਸ਼ ਆ ਕਿ ਇਹਨਾਂ ਕਲੀਨਿਕਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ। ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ, ਚੇਤਨ ਸਿੰਘ ਜੀ ਜੋੜਾ ਮਾਜਰਾ ਅਤੇ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਲਕਾ ਭਦੌੜ ਦੇ ਮੇਰੇ ਪਿੰਡ ਉਗੋਕੇ ਦੇ ਵਿੱਚ ਆਜ਼ਾਦੀ ਦੇ 75ਵੇਂ ਦਿਹਾੜੇ 'ਤੇ ਜਿਹੜਾ ਇਹ ਆਮ ਆਦਮੀ ਕਲੀਨਿਕ ਮੇਰੇ ਪਿੰਡ ਉਗੋਕੇ ਨੂੰ ਦਿੱਤਾ। ਇਹਦੇ ਨਾਲ ਸਾਡੇ ਪਿੰਡ ਨੂੰ ਬੜੀ ਜਿਹੜੀ ਆ ਸੌਖ ਹੋ ਜਾਣੀ ਆ, ਕਿਉਂਕਿ ਨਾਲ ਹੀ ਸਾਡਾ ਛੋਟਾ ਪਿੰਡ ਜਗਜੀਤਪੁਰਾ, ਥਿੰਦ ਕੋਠੇ, ਸੰਤਪੁਰਾ, ਨਿੰਮ ਵਾਲੇ ਕੋਠੇ, ਸੁਖਪੁਰਾ, ਤਰਨ ਤਾਰਨ, ਪਿੰਡੀ, ਭੁੱਖੋ, ਕੈਂਚੀਆਂ, ਇਹਨਾਂ ਛੋਟੇ ਪਿੰਡਾਂ ਨੂੰ ਵੀ ਜਿਹੜੀ ਇਸ ਆਮ ਆਦਮੀ ਕਲੀਨਿਕ ਦੀ ਜਿਹੜੀ ਸਹੂਲਤ ਹੈਗੀ ਉਹ ਅੱਜ ਤੋਂ ਮਿਲਣੀ ਸ਼ੁਰੂ ਹੋ ਗਈ। ਅਤੇ ਇਹ ਇੱਕ ਬਹੁਤ ਵੱਡੀ ਪਹਿਲਕਦਮੀ ਹੈ, ਕਿਉਂਕਿ ਸਾਡੇ ਜਿਹੜੇ ਮੰਨ ਲਓ ਸਬ ਡਿਵੀਜ਼ਨ ਦਾ ਹੋਸਪਿਟਲ ਆ ਜਾਂ ਡਿਸਟ੍ਰਿਕਟ ਦਾ ਹੋਸਪਿਟਲ ਆ, ਉੱਥੇ ਜਿਹੜੀ ਮਰੀਜ਼ਾਂ ਦੀ ਗਿਣਤੀ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਸੀ। ਸੋ ਇਸ ਚੀਜ਼ ਦੇ ਨਾਲ ਉੱਥੇ ਜਿਹੜੀ ਮਰੀਜ਼ ਜਾਣੇ ਵੀ ਘਟਣਗੇ, ਸਿਰਫ ਉਹੀ ਮਰੀਜ਼ ਉੱਥੇ ਜਾਊਗਾ ਜਿੱਥੇ ਇਨ ਕੇਸ ਐਮਰਜੈਂਸੀ ਆ। ਸੋ ਪੰਜਾਬ ਸਰਕਾਰ ਨੇ ਕਾਬਲ ਡਾਕਟਰਸ ਜਿਹੜੇ ਨੇ ਉਹ ਆਮ ਆਦਮੀ ਕਲੀਨਿਕਾਂ 'ਤੇ ਬਿਠਾਏ ਨੇ ਅਤੇ ਸਾਡੇ ਪਿੰਡ ਵਾਸੀਆਂ ਨੂੰ ਅਤੇ ਨੇੜਲੇ ਪਿੰਡਾਂ ਨੂੰ ਬੜੀ ਵੱਡੀ ਸਹੂਲਤ ਆ, ਕਿਉਂਕਿ 75 ਦਵਾਈਆਂ ਫ੍ਰੀ ਮਿਲ ਰਹੀਆਂ ਅਤੇ 41 ਤਰ੍ਹਾਂ ਦੇ ਟੈਸਟ ਆ ਜਿਹੜੇ ਉਹ ਇੱਥੋਂ ਬਲੱਡ ਦੇ ਸੈਂਪਲ ਲੈ ਕੇ ਉਹ ਮਤਲਬ ਅਗਲੇ ਦਿਨ ਉਹ ਮਿਲ ਜਾਣਗੇ। ਸੋ ਇੱਕ ਬਹੁਤ ਵੱਡੀ ਪਹਿਲਕਦਮੀ ਆ, ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਸਿਹਤ ਸਹੂਲਤਾਂ ਐਜੂਕੇਸ਼ਨ ਨੂੰ ਉੱਪਰਲੇ ਲੈਵਲ ਤੱਕ ਲੈ ਕੇ ਜਾਣਾ ਸਾਡਾ ਜਿਹੜਾ ਮੁੱਢਲਾ ਫਰਜ਼ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਕ੍ਰਾਂਤੀਕਾਰੀ ਕਦਮ ਆ ਉਹ ਹੋਰ ਵੀ ਵੱਡੀ ਪੱਧਰ 'ਤੇ ਦੇਖੇ ਜਾਣਗੇ, ਕਿਉਂਕਿ ਸਰਕਾਰ ਲੋਕਾਂ ਦੀ ਆ, ਲੋਕਾਂ ਨੇ ਬੜੇ ਮਾਣ ਦੇ ਨਾਲ ਚੁਣਿਆ ਅਤੇ ਮਾਨ ਸਾਹਿਬ ਦੀ ਸਰਕਾਰ ਆ ਜਿਹੜੀ ਉਹ ਲੋਕਾਂ ਦੇ ਕੰਮ ਕਰਨ ਲਈ ਵਚਨਬੱਧ ਹੈ। ਦੇਖੋ ਜੀ, ਇੱਕ MBBS ਡਾਕਟਰ ਬੈਠਣਗੇ ਉਰੇ, ਇੱਕ ਫਾਰਮਾਸਿਸਟ ਅਤੇ ਇੱਕ ਸੈਂਪਲ ਲੈਣ ਦੇ ਲਈ ਬਲੱਡ ਟੈਸਟ ਦੇ ਲਈ ਟੀਮ ਬੈਠੂਗੀ ਪੂਰੀ। 75 ਜਿਹੜੀਆਂ ਦਵਾਈਆਂ ਨੇ ਉਹ ਫ੍ਰੀ ਆਫ ਕੋਸਟ ਦਿੱਤੀਆਂ ਜਾਣਗੀਆਂ ਅਤੇ 41 ਤਰ੍ਹਾਂ ਦੇ ਟੈਸਟ ਨੇ ਜਿਹੜੇ ਉਹ ਇੱਥੇ ਮੁਫਤ ਕਰੇ ਜਾਣਗੇ ਜੀ। ਬਿਲਕੁਲ ਜੀ, ਕਿਉਂਕਿ ਇਹ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲਣਾ ਜੀ। ਤੁਹਾਡੇ ਮਾਧਿਅਮ ਦੇ ਰਾਹੀਂ ਮੇਰਾ ਨੇੜੇ ਤੇੜੇ ਦੇ ਪਿੰਡਾਂ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਆਓ ਆਪਾਂ ਪਿੰਡ ਉਗੋਕੇ ਦੇ ਵਿੱਚ ਜਿਹੜਾ ਆਮ ਆਦਮੀ ਕਲੀਨਿਕ ਖੁੱਲ੍ਹਿਆ, ਸਰਕਾਰ ਨੇ ਇੱਕ ਬਹੁਤ ਵਧੀਆ ਪਹਿਲਕਦਮੀ ਕਰੀ ਆ ਅਤੇ ਤੁਸੀਂ ਆ ਕੇ ਸਾਰੇ ਜਿਹੜਾ ਇੱਥੇ ਦਾ ਫਾਇਦਾ ਲਓ, ਤਾਂ ਕਿ ਆਪਾਂ ਜਿਹੜੇ ਵੱਡੇ ਹੋਸਪਿਟਲ ਨੇ ਆਪਣੇ ਉੱਥੇ ਜਿਹੜੀ ਲੋਕਾਂ ਦੀ ਭੀੜ ਨੂੰ ਥੋੜ੍ਹਾ ਘਟਾ ਕੇ ਜਿਹੜੇ ਇਹਨਾਂ ਜਿਹੜੇ ਮੁੱਢਲੇ ਸਿਹਤ ਕੇਂਦਰ ਆਪਣੇ ਮੁਹੱਲਾ ਕਲੀਨਿਕ ਬਣੇ ਆ ਉੱਥੇ ਲੈ ਕੇ ਆਈਏ, ਤਾਂ ਕਿ ਉੱਥੇ ਸਾਨੂੰ ਉਦੋਂ ਜਾਣਾ ਪਵੇ ਜਦੋਂ ਸਾਨੂੰ ਇਨ ਕੇਸ ਐਮਰਜੈਂਸੀ ਹੈ। ਤੁਹਾਡੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਆਓ ਇਸ ਆਮ ਆਦਮੀ ਕਲੀਨਿਕ 'ਤੇ ਆਈਏ ਅਤੇ ਆਪਣੀ ਸਿਹਤਮੰਦ ਪੰਜਾਬ ਬਣਾਉਣ ਦੇ ਲਈ ਆਪਾਂ ਇਸ ਪਹਿਲਕਦਮੀ ਦਾ ਹਿੱਸਾ ਬਣੀਏ।